ਹਾਂਜੀ, ਕੀ ਹਾਲ ਆ? ਠੀਕ ਠਾਕ ਹੋ ਬਾਈ? ਸਾਰੇ ਸਵਾਗਤ ਆ ਬਾਈ ਤੁਹਾਡਾ ਆਪਣੇ ਚੈਨਲ ਪਵਨ ਸਟਾਰਟ ਕਰਨ 'ਤੇ। ਅਤੇ ਦੋਸਤੋ, ਅੱਜ ਆਪਾਂ ਚੱਲੇ ਹਾਂ ਜੀ ਬਠਿੰਡਾ, ਅਤੇ ਰਸਤੇ 'ਚ ਆਪਾਂ ਗੋਪੀ ਨੂੰ ਮਿਲਣਾ, ਅਤੇ ਇੱਕ ਆਪਾਂ ਨਵਾਂ ਪ੍ਰੋਜੈਕਟ ਕਰਨ ਜਾ ਰਹੇ ਹਾਂ, ਅਤੇ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਅਸੀਂ। ਅਤੇ ਚਲੋ ਮਿਲਦੇ ਹਾਂ ਆਪਾਂ। ਗੱਡੀ ਸਟਾਰਟ ਕਰ ਲਈ ਆ ਜੀ, ਅਤੇ ਚਲੋ ਜੈ ਸਾਲਾ ਸਰ ਸਰਕਾਰ। ਅੱਜ ਮੈਂ ਲੈ ਕੇ ਜਾ ਰਿਹਾ ਜੀ ਆਪਣੇ ਲਈ ਗ੍ਰੈਂਡ ਵਿਟਾਰਾ। ਪਹੁੰਚ ਗਏ ਜੀ ਗਿੱਦੜਵਾਹਾ, ਅਤੇ ਇੱਕ ਥੋੜ੍ਹਾ ਜਿਹਾ ਸਕੂਲ 'ਚ ਜਾਣਾ ਸੀਗਾ ਪਵਨ ਦੇ। ਫੀਸ ਜੀ ਰਹਿੰਦੀ ਸੀ ਉਹਦੀ ਨਿਊ ਐਡਮਿਸ਼ਨ ਦੀ। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਜੀ ਬਠਿੰਡਾ। ਪਹੁੰਚ ਗਏ ਜੀ ਆਪਾਂ ਸਕੂਲ ਦੇ ਗੇਟ 'ਚ। ਅਤੇ ਚਲੋ ਠੀਕ ਹੈ, ਕਿਹੜਾ ਭਰੇ ਆਈਏ ਫੀਸ, ਆਪਾਂ ਕਰੇ ਗਏ ਜੇਬ ਖਾਲੀ, ਅਤੇ ਫਿਰ ਦੇਖਦੇ ਹਾਂ ਅੱਗੇ। ਫੀਸ ਭਰਨ ਕੇ ਆਪਾਂ ਆ ਗਏ ਜੀ, ਅਤੇ ਹੁਣ ਆਪਾਂ ਚੱਲੇ ਹਾਂ ਬਠਿੰਡਾ। ਅਤੇ ਇੱਕ ਆਪਾਂ ਨੂੰ ਏਜੰਸੀ ਵਾਲਿਆਂ ਦਾ ਫੋਨ ਵੀ ਆ ਗਿਆ, ਕਹਿੰਦੇ ਤੁਹਾਡੀ ਸਰਵਿਸ ਰਹਿੰਦੀ ਹੈ ਸੈਕਿੰਡ ਸਰਵਿਸ, ਅਤੇ ਅਪੁਆਇੰਟਮੈਂਟ ਉਹਨਾਂ ਨੇ ਆਪਣੀ ਅੱਜ ਪਾਤੀ ਹੈ। ਅਤੇ ਚਲੋ ਮੈਂ ਕਿਹਾ ਫਿਰ ਅੱਜ ਕਰਵਾ ਹੀ ਲੈਂਦੇ ਹਾਂ, ਕਾਫੀ ਦਿਨਾਂ ਦੇ ਉਹ ਵੀ ਫੋਨ ਕਰੀ ਜਾਂਦੇ ਆ ਸੈਕਿੰਡ ਸਰਵਿਸ ਲਈ। ਅਤੇ ਆਪਾਂ ਚੱਲੇ ਹਾਂ ਜੀ ਮਰੂਤੀ ਵਾਲਿਆਂ ਦੀ ਏਜੰਸੀ 'ਚ। ਪਹੁੰਚ ਗਏ ਜੀ ਗੋਪੀ ਕੋਲ, ਆ ਗਿਆ ਜੀ ਇਹਨਾਂ ਦਾ ਢਾਬਾ, ਅਤੇ ਆ ਗਈ ਡਾਕਟਰ ਸਾਹਿਬ ਦੀ ਦੁਕਾਨ, ਸਿੱਧੂ ਦੰਦਾਂ ਦਾ ਹਸਪਤਾਲ। ਚਲੋ ਮਿਲਦੇ ਅੰਦਰ, ਦੇਖਦੇ ਹਾਂ ਕੀ ਕਰੀ ਜਾਂਦਾ ਗੱਭਰੂ, ਕਿੰਨਿਆਂ ਨੂੰ ਪਾਈ ਬੈਠਾ ਕੁਰਸੀ ਜੀ ਅਤੇ ਲੰਮੇ। ਡਾਕਟਰ ਸਾਹਿਬ ਵਲੌਗ ਬਣਾ ਰਹੇ? ਬਿਲਕੁਲ ਜੀ। ਅੱਛਾ ਜੀ, ਕੀ ਹਾਲ ਹੈ? ਵਧੀਆ ਜੀ, ਤੁਸੀਂ ਦੱਸੋ ਕੀ ਬਣਾਈ ਜਾਂਦਾ? ਬਸ ਬੈਠੇ ਸੀਗੇ। ਆਇਆ ਨਹੀਂ ਕੋਈ ਮਰੀਜ਼? ਮਰੀਜ਼ ਲਾਈਟ ਹੈ ਨਹੀਂ, ਕੋਈ ਮਰੀਜ਼ ਨੇ ਫੋਨ ਕਰਿਆ ਸੀਗਾ, ਉਹਨਾਂ ਨੂੰ ਆਪਾਂ ਟਾਈਮ ਦਿੱਤਾ ਸ਼ਾਮ ਦਾ। ਮੈਕ ਵੀ ਲੈਣਾ? ਮੈਕ ਲੈਣ ਆਵਾਜ਼ ਨਹੀਂ ਆਉਂਦੀ ਆ ਜੂਗੀ, ਉਹ ਆਪਾਂ ਬਾਅਦ 'ਚ ਆਈਡੀਓ। ਆਹ ਸੈਟਅਪ ਹੈ ਜੀ ਇਹਦੀ ਦੁਕਾਨ ਦਾ ਸਾਰਾ। ਬਠਿੰਡਾ ਪਹੁੰਚ ਗਏ ਸੀਗੇ, ਅਤੇ ਏਜੰਸੀ 'ਚ ਵੀ ਜਾਏ, ਉੱਥੇ ਵਲੌਗ ਬਣਾਉਣਾ ਭੁੱਲ ਗਿਆ, ਦਿਮਾਗ 'ਚ ਨਹੀਂ ਆਈ ਗੱਲ। ਅਤੇ ਪਰ ਉਹਨਾਂ ਨੇ ਸਰਵਿਸ ਨਹੀਂ ਕੀਤੀ, ਉਹ ਕਹਿੰਦੇ ਅੱਜ ਲੇਟ ਹੋ ਗਏ ਜੀ, ਅਤੇ ਕਿਸੇ ਦਿਨ ਫਿਰ ਆ ਜਾਓ। ਮੈਂ ਕਿਹਾ ਜੀ ਹੁਣ ਤਾਂ ਫਿਰ ਦੇਖਾਂਗੇ, ਜਿੱਦਾਂ ਟਾਈਮ ਲੱਗਿਆ ਅਤੇ ਫਿਰ ਕਰਾ ਲਾਂਗੇ। ਅਤੇ ਹੁਣ ਚੱਲੇ ਸੀਗੇ ਜੀ ਵਾਪਸ ਪਿੰਡ ਨੂੰ, ਅਤੇ ਹਰਪ੍ਰੀਤ ਨੇ ਕੀ ਲੱਗਿਆ? ਕੇਲੇ? ਕੇਲੇ ਲਗਾ? ਹਾਂਜੀ, ਇਹ ਕੇਲੇ ਲਿਆਂਦੇ ਜੀ ਇਹਨੇ। ਚਲੋ ਜੀ ਐਪਲ ਵੀ ਲਿਆ, ਐਪਲ ਮਹਿੰਗੇ ਸੀਗੇ ਥੋੜ੍ਹੇ ਜਿਹੇ। ਐਪਲ ਕੀ ਰੇਟ ਕਰਦੇ ਹੋ ਨਾ? 200 ਰੁਪਇਆ। ਹੈਂ? 200 ਰੁਪਇਆ। 200 ਰੁਪਏ ਕਿਲੋ ਹੈ? 300 ਵੀ ਹੈਗੇ ਆ। ਉਹ ਯਾਰ ਉੱਤੇ ਕੀ ਕਹਿੰਦੇ ਕਿੱਦੜ ਵੀ ਮੈਨਾਂ ਦਾ ਕਹਿੰਦੇ ਸੀਗੇ ਬੰਦ ਹੋਈ ਜਾਂਦੀ ਆ, ਪਿੱਛੇ ਕੀ ਆ?
ਗਿੱਦੜਵੇ ਤਾਂ ਯਾਰ 280 ਰੁਪਏ ਲੈ ਜਾ ਮੈਂ ਕੱਲ ਹਾਂ ਫਿਰ ਉਹ 300 ਵੀ ਤੁਹਾਨੂੰ ਕਹੀ ਜਾਂਦਾ ਇਹਨਾਂ ਕੋਲ ਬਹੁਤ ਕੁਆਲਿਟੀ ਹੁੰਦੀ ਹੈ ਨਾ ਰੇਟ ਕਿੰਨੀ ਆ ਉਧਰ ਉਧਰ ਬਣਾ ਨਾ ਵੀਡੀਓ ਦਿਖਾਉਣ ਤੈਨੂੰ ਇਹਨਾਂ ਕੋਲ ਕੁਆਲਿਟੀ ਬਹੁਤ ਹੁੰਦੀ ਹੈ ਐਪਲ ਵਾਲਿਆਂ ਕੋਲ ਅਲੱਗ ਅਲੱਗ ਤਰ੍ਹਾਂ ਦੇ ਪਿੱਛੇ ਦੇਖ ਪਿੱਛੇ ਗੱਡੀ ਨਾਲ ਕਿਤੇ ਖੜਕਾ ਕਰਦੇ ਹੈ ਨਹੀਂ ਯਾਰ ਕੋਈ ਗੱਡੀ ਬੈਕ ਕਰਨਾ ਵੀ ਔਖਾ ਹੋ ਜਾਂਦਾ ਗੱਡੀ ਨੂੰ ਹੈ ਹੀ ਨਹੀਂ ਇਹਦੇ 'ਚ ਕੋਈ ਇਹਨਾਂ ਕੈਮਰੇ ਲੈਂਦਾ ਕੈਮਰੇ ਯਾਰ ਆਪਾਂ ਨੇ 360 ਕੈਮਰਾ ਵੀ ਲਵਾਏਗਾ ਗੋਪੀ ਉਹ ਬਾਹਲਾ ਘੈਂਟ ਕੰਮ ਆ ਯਾਰ ਅੜਾਸ ਵੀ ਲੱਗੀ ਜਾਂਦਾ ਮੈਨੂੰ ਗੱਡੀ 'ਚ ਓਏ ਅੜਾਸ ਵੀ ਉਹ ਕਹਿੰਦੇ ਅਸੀਂ ਲਾ ਦਾਂਗੇ ਤੁਹਾਨੂੰ ਅਤੇ ਉਹਨੇ ਇੱਕ ਕੁੜੀ ਨੇ ਕਰੇਟਾ ਲਈ ਆ ਬੇਸ ਮਾਡਲ ਅਤੇ ਉਹਨੇ ਲਵਾਇਆ ਅੜਾਸ ਵਿੱਚ ਉਹ ਤਾਂ ਫਿਰ ਲੱਗ ਹੀ ਜਾਂਦਾ ਸਾਰਾ ਸਿਸਟਮ ਅਤੇ ਸਿਸਟਮ ਤਾਂ ਘੈਂਟ ਆ ਯਾਰ ਅੜਾਸ ਦਾ ਹੈ ਨਾ ਇਹ ਆ ਗਿਆ ਜੀ ਜਹਾਜ ਵਾਲਾ ਚੌਂਕ ਹੈ ਜਹਾਜ ਵਾਲਾ ਚੌਂਕ ਵੱਜਦਾ ਹੈ ਇਹ ਬਈ ਚੱਲਦਾ ਸੀਗਾ ਕਿ ਪਹਿਲਾਂ ਕਿ ਅਸੀਂ ਰੱਖ ਰੱਖ ਰੱਖਿਆ ਯਾਰ ਉੱਡਦਾ ਸੀ ਜਹਾਜ ਪਹਿਲਾਂ ਇਹ ਤਾਂ ਰੂਮ ਬਣਾਇਆ ਇੱਦਾਂ ਤਾਂ ਜਹਾਜ ਤਾਂ ਵੱਡਾ ਹੁੰਦਾ ਇਹ ਆ ਗਿਆ ਜੀ ਬਠਿੰਡੇ ਥਰਮਲ ਅਤੇ ਅਸੀਂ ਚੱਲ ਪਏ ਜੀ ਹੁਣ ਪਿੰਡ ਨੂੰ ਵਾਪਸ ਸਰਵਿਸ ਕਹਿੰਦੇ ਫੇਰ ਕਰਕੇ ਦੇਵਾਂਗੇ ਅੱਜ ਅਸੀਂ ਹੋ ਗਏ ਜੀ ਲੇਟ ਏਜੰਸੀ 'ਚ ਵੀਡੀਓ ਨਹੀਂ ਬਣਾਈ ਏਜੰਸੀ 'ਚ ਭੁੱਲ ਗਏ ਅਡਾਸ ਫਿਰ ਅਡਾਸ ਯਾਰ ਮੈਂ ਤਾਂ ਲਵਾਊਂਗਾ ਯਾਰ 360 ਕੈਮਰਾ ਵੀ ਅਤੇ ਅਡਾਸ ਵੀ ਲਵਾਊਂਗਾ ਵਧੀਆ ਗਾ ਤੂੰ ਰੈਂਟ 'ਚ ਕਢਾ ਲਿਆ ਕਿ ਨਹੀਂ ਕਢਾਇਆ ਕਰਦਾ ਨਾ ਕਢਾ ਲਾ ਤੁਹਾਨੂੰ ਉਹ ਫਿਰ ਮੈਂ ਬਾਰੀ ਲਾਊਂਗਾ ਉਹ ਜਿੱਦਾਂ ਕੋਈ ਹੋਰ ਮਾੜਾ ਮੋਟਾ ਪੈ ਕੇ ਇਕੱਠਾ ਕਢਾ ਲੂੰਗਾ ਡੈਂਪਿੰਗ ਕਰਾ ਯਾਰ ਡੈਂਪਿੰਗ ਕਰਾਉਣ ਵਾਲੀ ਯਾਰ ਇਹਦੀ ਵੀ ਕਰਾਉਣ ਵਾਲੀ ਡੈਂਪਿੰਗ ਬੇਸ ਜੀ ਬਣਦੀ ਨਹੀਂ ਗੀ ਛਣਕ ਦੀ ਵਾਲੀ ਹੈ ਗੱਡੀ ਯਾਰ ਬਹੁਤ ਯਾਰ ਡਿਵੈਲਪ ਹੋ ਗਿਆ ਨਾ ਬਠਿੰਡਾ ਬਹੁਤ ਰਾਤ ਆਹ ਕਾ ਤੁਨੀ ਇਹ ਬੰਦ ਪਿਆ ਪ੍ਰੋਜੈਕਟ ਇਹ ਵਾਲਾ ਬਿਜਲੀ ਵਾਲਾ ਪ੍ਰੋਜੈਕਟ ਸਾਰਾ ਇਹ ਗ੍ਰਿਡ ਤਾਂ ਚੱਲਦਾ ਇਹਨਾਂ ਦਾ ਹੈ ਗ੍ਰਿਡ ਤਾਂ ਚੱਲਦਾ ਮੈਨੂੰ ਲੱਗਦਾ ਨਹੀਂ ਤਾਰਾਂ ਤੂਰਾਂ ਲੰਘਾ ਪਗਾ ਗ੍ਰਿਡ ਕਿਤੇ ਚੱਲਦਾ ਯਾਰ ਇਹਨਾਂ ਦਾ ਬੰਦ ਕੀਤਾ ਹੋਇਆ ਆਹ ਤਾਂ ਮੈਂ ਸਾਰਾ ਇੱਕ ਅੱਧਾ ਗ੍ਰਿਡ ਚੱਲਦਾ ਹੋਊਗਾ ਇਹਨੂੰ ਹੂੰ ਦਾ ਸਮਾਨ ਬਹੁਤ ਸਾਰਾ ਇਹ ਤੋਂ ਸਮਾਨ ਜਾਵੜਿਆ ਜੇ ਮੰਨ ਕੇ ਚੱਲ ਜੇ ਉਹ ਜਿੱਥੇ ਤੂੰ ਆਣਾ ਜਿਹੜਾ ਲੋਕ ਸ਼ਾਂਤੀ ਚਾਹੁੰਦੇ ਆ ਅੰਦਰ ਕਲੋਨੀ ਬਹੁਤ ਵਧੀਆ ਗਈ ਆਪਾਂ ਕਿਸ ਦਿਨ ਬਲੌਗ ਬਣਾਵਾਂਗੇ ਤੈਨੂੰ ਮੈਂ ਕਲੋਨੀ ਦਾ ਸਾਰੇ ਦਾ ਰਿਵਿਊ ਕਰ ਦਾਂਗੇ ਇਹਦਾ ਤੇ ਕੀ ਕਹਿੰਦੇ ਜਿਵੇਂ ਮੰਨ ਕੇ ਥਰਮਲ ਵਾਲਾ ਥਾਂ ਜਗ੍ਹਾ ਮੰਨ ਕੇ ਸਾਫ਼ ਹੋ ਜਾਈ ਉੱਥੇ ਬਣ ਉੱਥੇ ਬਣ ਜੇ ਕਲੋਨੀ ਉਹ ਜਿਵੇਂ ਸ਼ਹਿਰ ਦੇ ਵਿੱਚ ਹੀ ਆ ਕੰਮ ਆ ਉਹ ਤਾਂ ਰੈਂਟ ਵੀ ਇੱਥੇ ਰਹਿੰਦਾ ਹੀ ਕਰਨਾ ਉਹਦਾ ਗੇਟ ਆ ਜਿਹੜਾ ਉਹ ਸ਼ਹਿਰ ਵਾਲੇ ਪਾਸੇ ਨੂੰ ਓਪਨ ਹਾਂ ਵੀ ਕਿੱਥੇ ਤਾਂ ਇਸ ਰੋਡ ਤੋਂ ਉੱਤੋਂ ਦੀ ਜਾਣਾ ਉਹ ਪੁਲ ਸਾਰਾ ਟੱਪ ਕੇ ਜਾਣਾ ਹੈ ਨਾ ਬੰਦੇ ਨੇ ਕੱਟ ਵੀ ਨਹੀਂ ਹੁੰਦਾ ਹਾਂ ਕਿੱਥੇ ਕੋਈ ਕਿੱਥੇ ਉਹ ਸ਼ਹਿਰ ਦੇ ਵੱਲ ਨਹੀਂ ਹੋ ਜਾਣਾ ਗੇਟ ਦਾ ਤੇ ਬਾਕੀ ਇਹ ਨਹੀਂ ਬੰਦੀ ਹਾਂ ਹੈ 19.6 ਦੀ ਐਵਰੇਜ ਸ਼ੋਅ ਕਰਨ ਲੱਗ ਗਈ ਹੁਣ 19.6 ਦੀ ਬਹੁਤ ਆ 20 ਦੀ ਆ 20 ਮੰਨ ਕੇ ਚੱਲ 25 ਦੀ ਕਰੀ ਜਾਂਦੀ ਆ ਕੰਫਰਟੇਬਲ ਬਹੁਤ ਆ ਯਾਰ ਮੈਂ ਤੁਹਾਨੂੰ ਕੱਲ ਸਕਾਰਪੀਓ ਲੈ ਕੇ ਯਾਰ ਉਹਨੇ ਤਾਂ ਥਕਾ ਦੇ ਜਾਵਾਂ ਇਹ ਤਾਂ ਫਿਰ ਇਹ ਆ ਯਾਰ ਮੰਨ ਕੇ ਚੱਲ ਨਾ ਸਕਾਰਪੀਓ ਉੱਚੀ ਕਰਕੇ ਥੋੜਾ ਜਿਹਾ ਡੋਲਾ ਜਾਂ ਜਿਹੜਾ ਬਾਹਲਾ ਲੈਂਦੀ ਆ ਅਲੋਰਾ ਬਾਹਲਾ ਮਾਰਦੀ ਆ ਬੰਦੇ ਨੂੰ ਥਕਾ ਦਿੰਦੀ ਆ ਇਹਦੇ ਸੀਟ ਉਹਦੇ ਸੀਟਾਂ ਵੀ ਨਹੀਂ ਯਾਰ ਕੰਫਰਟੇਬਲ ਹੈਗਾ ਜਿੰਨਾ ਇਹਦਾ ਹੈਗਾ ਯਾਰ ਇਹ ਗੱਡੀਆਂ ਦਾ ਤਾਂ ਵਿੱਚ ਆਪਾਂ ਨੂੰ ਮਹਿਸੂਸ ਹੀ ਹੁੰਦਾ ਯਾਰ ਜਿੰਨੇ ਦੇ ਮਰਜ਼ੀ ਲੈ ਜਾਓ ਉਹੀ ਆ ਨਾ ਗੱਲ ਇਹ ਮੰਨ ਕੇ ਚੱਲ 100 ਤੇ ਅਸੀਂ 90 ਨਾਰਮਲ ਚੱਲੀ ਜਾਂਦੀ ਜੇ ਆਪਾਂ ਸਕਾਰਪੀਓ 100-110 ਤੇ ਕਰਾਂਗੇ ਨਾ ਜੋ ਐਂ ਲੱਗਦਾ ਯਾਰ ਪਤਾ ਨਹੀਂ ਕਿੰਨੀ ਕੁ ਤੇਜ਼ ਜਾਂਦੀ ਹੈ ਜੇ ਮਾੜਾ ਜਿਹਾ ਕੱਟ ਵੱਜ ਗਿਆ ਐਂ ਲੱਗਦਾ ਮੈਂ ਜਾਊ ਵਾਹਨ 'ਚ ਸਿੱਧੇ ਉਹ ਜਾਊਗੀ ਵੀ ਬਾਈ ਉਹਨਾਂ ਦਾ ਸਿਸਟਮ ਪਤਾ ਕੀ ਆ ਉਹਨਾਂ ਨੇ ਮੰਨ ਕੇ ਚੱਲ ਕੰਪੀਟੀਸ਼ਨ ਤਾਂ ਕਰ ਲਿਆ ਫੋਰਚੂਨਰ ਨਾਲ ਮਤਲਬ ਬਾਹਰੋਂ ਤੂੰ ਲੁੱਕ ਦੇਖੇਗਾ ਫੋਰਚੂਨਰ ਨਾਲ ਵੀ ਤਗੜੀ ਲੁੱਕ ਆ ਤਾਂ ਹੀ ਵਿਕ ਰਹੀ ਹੈ ਨਹੀਂ ਬਲੈਕ ਤੇ ਮੰਨ ਕੇ ਚੱਲ ਵਿਕ ਰਹੀ ਆ ਉਹ ਤਾਂ ਹੀ ਵਿਕ ਰਹੀ ਆ ਵੀ ਬਸ ਅਗਲਾ ਕਹਿੰਦਾ ਯਾਰ ਵੱਡੀ ਆਪਣੇ ਯਾਟਾਂ ਨੂੰ ਕਹਿੰਦਾ ਵੱਡੀ ਯਾਟ ਕੀ ਕਹਿੰਦਾ ਵੱਡੀ ਹਾਂ ਮੈਂ ਆਪਣਾ ਯਾਟ ਉੱਤੇ ਇੰਨੇ ਕਹਿੰਦੇ ਵੱਡੀ ਆਹ ਵੀ ਚੀਜ਼ ਵੱਡੀ ਬਸ ਉਹ ਤੇ ਮਰ ਜਾਂਦੇ ਆ ਪਰ ਇੱਕ ਗੱਲ ਹੁਣ ਜਿਵੇਂ ਆਹ ਤਾਂ 100-90-120 ਦੇ ਨਾਰਮਲ ਪਤਾ ਹੀ ਲੱਗਦਾ ਆਪਣਾ ਮਹਿਸੂਸ ਨਹੀਂ ਹੁੰਦਾ ਹੁਣ ਮੰਨ ਕੇ ਚੱਲ ਰੇਂਜ ਰੋਵਰ ਆ ਰੇਂਜ ਰੋਵਰ ਦਾ ਤੂੰ ਮਾਡਲ ਦੇਖ ਲੈ 2-3 ਮਾਡਲ ਇਹੋ ਜਿਹੇ ਹੁੰਦੇ ਆ ਜਿਹੜੇ ਮੰਨ ਕੇ ਚੱਲ ਆ ਮਤਲਬ ਆ ਇਹੋ ਜਿਹੇ ਇਹਦੇ ਚ ਆਉਂਦੇ ਆ ਐਡੀ ਐਡੀ ਸ਼ੇਪ ਚ ਆਉਂਦੇ ਆ 5 ਸੀਟਰ ਛੋਟੀ
ਸ਼ੇਪ ਚ ਆਉਂਦੇ ਆ ਉਹ ਇੰਨੇ ਮਹਿੰਗੇ ਮਹਿੰਗੇ ਕਿਉਂ ਆ ਬਈ ਅਗਲੇ ਅਗਲੇ ਕੰਫਰਟੇਬਲ ਦਿੰਦੇ ਅਗਲੇ ਫੰਕਸ਼ਨ ਦਿੰਦੇ ਉਹ ਵੈਸੇ ਯਾਰ ਇੱਕ ਗੱਲ ਹੈ ਹੁਣ ਤੂੰ ਮੰਨ ਕੇ ਚੱਲ ਵੱਡੀ ਲੋਕ ਵੱਡੀ ਦੇ ਮਗਰ ਪਏ ਰਹਿੰਦੇ ਆ ਜਿੱਥੇ ਜਦੋਂ ਆ ਜਾਂਦਾ ਨਾ ਨਿਸ਼ਾਨ ਜਿਹਾ ਲੱਗ ਜਾਂਦਾ ਕਿ ਮਰਸਡੀਜ਼ ਦਾ ਜਾਂ ਕਿਸੇ ਰੇਂਜ ਰੋਵਰ ਲਿਖਿਆ ਆ ਜਾਂਦਾ ਕੱਲ ਉੱਥੇ ਬੰਦੇ ਕੋਲ ਡਿਫੈਂਡਰ ਸੀ ਅਪ ਡਾਊਨ ਹੁੰਦੀ ਉਹ ਸਾਰੀਆਂ ਠੀਕ ਹੈ ਲੁੱਕ ਵਾਈਜ਼ ਗੱਡੀਆਂ ਇਹਨਾਂ ਦੀਆਂ ਚੰਗੀਆਂ ਹੁੰਦੀਆਂ ਸੇਲਿੰਗ ਬਹੁਤ ਇਹਨਾਂ ਦੀ ਘਟਣਾ ਸਕਾਰਪੀਓ ਲੁੱਕ ਵਾਈਜ਼ ਕੀ ਹੈ ਬਸ ਲੁੱਕ ਵਾਈਜ਼ ਇਹੀ ਹੈ ਬਈ ਵੀ ਵੱਡੀਆਂ ਮੰਨੀਆਂ ਜਾਂ ਹਾਂ ਜਿਹੜੀ ਸਕਾਰਪੀਓ S11 ਆਉਂਦੀ ਹੈ ਆਪਣੇ ਪੰਜਾਬ ਚ ਹੀ ਪਹੁੰਚਦੇ ਨੂੰ ਬਾਹਰ ਬਾਹਰ ਤੱਕ ਗੱਡੀ ਮਿਲਣੀ ਨਹੀਂ ਤੈਨੂੰ ਇਹਨੂੰ S11 ਹੈ ਹੁਣ S11 ਕੱਲੀ ਬਾਹਰ ਸੁਣੀ ਯਾਰ ਅੰਦਰ ਉਹਦੇ ਹੈ ਹੀ ਕੁਛ ਨਹੀਂ ਯਾਰ ਹਾਂ ਜਮੀ ਕੁਛ ਨਹੀਂ ਚੱਲਿਆ ਇਹਨਾਂ ਦੇ ਤਾਂ ਆਪਣੇ ਦੇ ਫਿਰ ਅੰਦਰ ਬਹੁਤ ਫੰਕਸ਼ਨ ਹੈਗੇ ਹੈ ਹਾਂ ਤੇ ਕੁਛ ਥੋੜੀ ਮੋਟੀ ਕੰਫਰਟੇਬਲ ਬਣੀ ਵੀ ਉਹ ਤਾਂ ਪਰ ਜਿਹੜੀ ਹੁਣ ਇਹਨਾਂ ਦੀਆਂ ਤਾਂ ਸੀਟਾਂ ਹਾਂ ਤੇ ਜਿਹੜੀ ਉਹਨਾਂ 11 ਨੂੰ ਲੂਣ ਹੈਗੀ ਤੇ ਐਨ ਵੀ ਟੌਪ ਜੀ ਹੈ ਨਾ ਹਾਂ ਟੌਪ ਦੀ ਜਦੋਂ ਤੂੰ ਟੌਪ ਤੋਂ ਥੱਲੇ ਲੈ ਲੇਗਾ ਫਿਰ ਤੈਨੂੰ ਉਹੀ ਆ ਵੀ ਗੱਲ ਤਾਂ ਐਸਾ ਲੈ ਉਹਨਾਂ ਦੀ ਗੱਲ ਫਿਰ ਤੋਂ ਆ ਬਣ ਗਈ ਸੜਕ ਰੱਖ ਲਈ ਜੀ ਅਤੇ ਇੱਕ ਘਰੇ ਚਾਹੀਦਾ ਸੀਗਾ ਸਮਾਨ ਅਤੇ ਪਵਨ ਦਾ ਖਾਣ ਪੀਣ ਵਾਲਾ ਚੋਕੋ ਚੁੱਕੋ ਪਾਈ ਉਹ ਵੀ ਆਪਾਂ ਲੈ ਲਈਆਂ ਹੁਣ ਆਪਾਂ ਚੱਲਦੇ ਹਾਂ ਜੀ ਸਿੱਧਾ ਪਿੰਡ ਅਤੇ ਰਸਤੇ ਚਾਹੀਦੇ ਚੌਂਕ 'ਚੋਂ ਥੋੜ੍ਹਾ ਮੋਟਾ ਸਮਾਨ ਲੈਣਾ ਫਰੂਟ ਵਗੈਰਾ ਘਰੇ ਆ ਗਏ ਸੀਗੇ ਜੀ ਆਪਾਂ ਅਤੇ ਘੋੜਿਆਂ ਨੂੰ ਅੱਜ ਮੈਂ ਕਿਹਾ ਤੋਰ ਲਈਏ ਕਾਫੀ ਦਿਨ ਹੋ ਗਏ ਅੰਦਰ ਹੀ ਖੜ੍ਹੇ ਸੀਗੇ ਵਿਚਾਰੇ ਕਿਉਂਕਿ ਦੋ ਤਿੰਨ ਦਿਨ ਮੈਨੂੰ ਵਿਆਹ 'ਚ ਲੱਗ ਗਏ ਅਤੇ ਅੱਜ ਵਾਲਾ ਸਾਰਾ ਦਿਨ ਵੀ ਇੱਕ ਤਰ੍ਹਾਂ ਦਾ ਉੱਧਰ ਹੀ ਲੰਘ ਗਿਆ ਅਤੇ ਨਵਾਉਣ ਵਾਲੇ ਵੀ ਹੋਏ ਪਏ ਖਰ ਖਰ
ਮਾਰਿਆ ਬੁਰਸ਼ ਵੀ ਨਹੀਂ ਮਾਰਿਆ ਇਹਨਾਂ ਤੇ ਵਾਲ ਲਈ ਜਾਂਦੇ ਆ ਚੱਲ ਪੁੱਤ ਚੱਲ 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 ਕਰ ਤਕਰੀਬਨ ਸਾਰਿਆਂ ਨੂੰ ਭਜਾ ਲਾਂਗੇ ਅੱਜ ਇਹਨੇ ਨਾਲ ਜਾਨਵਰ ਸੈੱਟ ਰਹਿੰਦਾ ਕਿਉਂਕਿ ਕਾਫੀ ਦਿਨਾਂ ਦੇ ਅੰਦਰ ਹੀ ਖੜੇ ਸੀਗੇ ਇਰੀਟੇਟ ਵੀ ਹੋ ਜਾਂਦੇ ਅੰਦਰ ਖੜੇ ਖੜੇ ਜਾਨਵਰ ਬਾਕੀ ਭੱਜਣਾ ਇਹਨਾਂ ਲਈ ਜ਼ਰੂਰੀ ਹੈ ਜੀ ਚੱਲ ਬੇਟਾ ਚੱਲ ਚੱਲ ਅਸ਼ਕਾਰ ਅੱਛਾ ਬਾ